ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ 'ਚ ਸ਼ਹੀਦ ਹੋਏ ਲਾਂਸ ਨਾਇਕ ਗੁਰਮੇਲ ਸਿੰਘ ਦਾ ਅੰਮ੍ਰਿਤਸਰ ਸਥਿਤ ਉਹਨਾਂ ਦੇ ਪੈਤ੍ਰਿਕ ਪਿੰਡ ਅਲਕੱਡੇ 'ਚ ਰਾਜਕੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੇਰ ਸ਼ਾਮ ਲਗਭਗ 5:30 ਵਜੇ ਗੁਰਮੇਲ ਸਿੰਘ ਦਾ ਸ਼ਵ ਸੈਨਿਕ ਸਨਮਾਨ ਦੇ ਨਾਲ ਪਿੰਡ ਵਿੱਚ ਲਿਆਇਆ ਗਿਆ। ਸ਼ਹੀਦ ਦੇ ਘਰ ਪਹੁੰਚੇ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਪਰਿਵਾਰ ਨੂੰ 12 ਲੱਖ ਰੁਪਏ ਦੀ ਆਰਥਿਕ ਸਹਾਇਤਾ ਉਪਲਬਧ ਕਰਵਾਉਣ ਦੇ ਨਾਲ ਨਾਲ ਪਰਿਵਾਰ ਦੇ ਇੱਕ ਸਦੱਸਿਆ ਨੂੰ ਸਰਕਾਰੀ ਨੌਕਰੀ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਪਰਿਵਾਰ ਕੇ ਸਾਥ ਦੁੱਖ ਮੇਂ ਸ਼ਾਮਿਲ ਹੈ ਪੰਜਾਬ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਸ ਪਰਿਵਾਰ ਕੇ ਸਾਥ ਦੁੱਖ ਕਾ ਇਜ਼ਹਾਰ ਕੀਆ ਹੈ ਔਰ ਪੰਜਾਬ ਸਰਕਾਰ ਕੀ ਔਰ ਸੇ 5 ਲੱਖ ਰੁਪਿਆ ਉਸਕੀ ਸ਼ਹੀਦ ਕੀ ਵਾਈਫ ਕੋ 2 ਲੱਖ ਰੁਪਿਆ ਫੈਮਿਲੀ ਕੇ ਨਾਮ ਪੇ ਔਰ 5 ਲੱਖ ਰੁਪਿਆ ਜ਼ਮੀਨ ਕੇ ਲੀਏ ਔਰ ਇੱਕ ਪਰਿਵਾਰ ਕੇ ਸਦੱਸਿਆ ਕੋ ਸਰਕਾਰੀ ਨੌਕਰੀ ਇਹ ਫੈਮਿਲੀ ਕੇ ਲੋਕ ਵਿਚਾਰ ਕਰ ਲੇ ਕਿ ਉਸਕੇ ਵੋ ਚਾਹੇ ਤੋ ਉਸਕੀ ਵਾਈਫ ਕੋ ਦੇਣਾ ਚਾਹਤੇ ਹੈ ਨੌਕਰੀ ਜਾਂ ਉਸਕੇ ਭਾਈ ਕੋ ਦੇਣਾ ਚਾਹਤੇ ਹੈ ਪੰਜਾਬ ਸਰਕਾਰ ਉਨਕੀ ਯੋਗਤਾ ਕੇ ਅਨੁਸਾਰ ਉਨਕੋ ਨੌਕਰੀ ਇੱਕ ਦੇਗੀ। ਸ਼ਹੀਦ ਲਾਂਸ ਨਾਇਕ ਗੁਰਮੇਲ ਸਿੰਘ ਜੀ ਨੇ ਜੋ ਏਡੀ ਵੱਡੀ ਸ਼ਹਾਦਤ ਹਿੰਦੁਸਤਾਨ ਵਾਸਤੇ ਇਸ ਮਿੱਟੀ ਵਾਸਤੇ ਦਿੱਤੀ ਆ, ਮੈਂ ਉਹਨੂੰ ਸਿਜਦਾ ਵੀ ਕਰਦਾ, ਉਹਨੂੰ ਨਮਸਕਾਰ ਵੀ ਕਰਦਾ, ਉਹਦੇ ਅੱਗੇ ਸੀਸ ਵੀ ਨਾ ਹੋਣਾ। ਉੱਥੇ ਇਸ ਪਰਿਵਾਰ ਨਾਲ, ਕਿਉਂਕਿ ਦੇਖੋ ਛੋਟੀ ਉਮਰ ਸੀ, ਸਾਰਾ ਪਰਿਵਾਰ ਦਾ ਰਹਿਣ ਸਹਿਣ ਓਨਲੀ ਬ੍ਰੈਡ ਵਿਨਰ ਸੀ, ਉਹਦੀ ਕਮਾਈ 'ਤੇ ਹੀ ਇਹਨਾਂ ਦੇ ਬਜ਼ੁਰਗ, ਇਹਦਾ ਛੋਟਾ ਭਰਾ, ਉਹਨਾਂ ਦੀ ਵਾਈਫ, ਛੋਟੀ ਬੱਚੀ, ਮਾਂ ਉਹਦੇ 'ਤੇ ਗੁਜ਼ਰ ਕਰਦੀ ਸੀ। ਉਹਨਾਂ ਸਾਰੇ ਪਰਿਵਾਰ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ, ਅਫਸੋਸ ਆਪਦਾ ਜਿਤਾਉਣਾ, ਗੁਰੂ ਬਖਸ਼ਿਸ਼ ਕਰੇ, ਏਡੇ ਵੱਡੀ ਸ਼ਹਾਦਤ ਜਿਹੜਾ ਸਾਡੇ ਸਾਰਿਆਂ ਵਾਸਤੇ ਦੇ ਗਿਆ ਪਰਮਾਤਮਾ, ਉਹਨਾਂ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ੇ। ਅੰਮ੍ਰਿਤਸਰ ਤੋਂ ਗੁਰਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।